ਦਾ ਨਾਗਰ ਜੀ ਡੇਢ ਦੇ ਵਿੱਚ ਫੋਨ ਆਇਆ, ਫੋਨ ਆਇਆ ਮੈਂ ਕਿਹਾ ਦੱਸਿਆ ਮੈਂ ਕਿਹਾ ਚੱਕ ਲਿਆ, ਮੈਂ ਕਿਹਾ ਜੀ ਹਾਂ ਜੀ ਦੱਸੋ ਜੀ, ਕਹਿ ਰਿਹਾ ਜੀ ਮੈਂ ਚੈੱਕ ਕਰ ਲਿਆ ਦਸ ਫੋਨ ਚੱਕਾ ਕਿ ਨਹੀਂ ਚੱਕਿਆ ਪਹਾੜੀ ਨੂੰ ਵੀ ਫੋਨ ਕਰਕੇ ਪੁੱਛ ਲਿਆ, ਨੌ ਸਟੇਡੀਅਮ ਬਣਾਏ
ਹਾਕੀ ਸਟੇਡੀਅਮ ਦੇਖੋ ਪੂਰੇ ਵਰਲਡ ਚ ਏਰੀਆ ਤੋਂ ਮੰਦਰ ਕਰਨਾ ਹੈ। 8 ਸਟੇਡੀਅਮ ਇੰਡੋਰ ਬਣਾਏ, ਨੇਚਰ ਪਾਰਕ 50 ਏਕੜ ਬਣਾਇਆ, ਸਾਰੀ ਸੱਚਾ ਮਾਰਕੀਟ ਵਾਲੀ ਪੋਜੀਸ਼ਨ ਵਿੱਚ ਦੇਖੋ ਵੀ ਮੈਂ ਜੋੜੀ ਕਰਕੇ ਆਇਆ ਆਰ ਕਰੋਗੇ ਤਾਂ ਕਿੰਨਾ ਤਾਲ ਕਰਕੇ ਕਰਕੇ ਦੱਸਦੇ। ਸੋ ਮੈਂ ਆਪਣੇ ਆਹ ਕਾਰਜਕਾਰੀ ਇਸ ਕਰਕੇ ਦੱਸਿਆ ਵੀ ਮੇਰੇ ਆਪਾਂ ਤੱਕ ਆਇਆ ਕਿਉਂਕਿ ਅੱਜ ਮੀਟਿੰਗ ਦਾ ਉਹ ਕੋਈ ਆਮ ਲੋਕਾਂ ਦੀ ਮੀਟਿੰਗ ਨਹੀਂ ਹੈ, ਤੁਸੀਂ ਉਹ ਆ ਜਿਹਨਾਂ ਨੇ ਲੜਾਈ ਲੜੀ, ਜਿਹਨਾਂ ਨੇ ਜਿੱਤ ਕੇ ਦੇਣੀ। ਮੇਰੇ ਤਾਂ ਸਿਰਫ ਦੇ ਵਿਚਾਰ ਨਹੀਂ ਲੱਗ ਰਹੀ ਅੱਜ, ਜੇ ਤੁਹਾਨੂੰ ਮੇਰੇ ਬਾਰੇ ਪਤਾ ਹੋਊਗਾ ਨਾ ਤਾਂ ਹੀ ਤੁਸੀਂ ਦੂਸਰਿਆਂ ਨੂੰ ਦੱਸ ਸਕਦੇ। ਔਰ ਪਰਮਾਤਮਾ ਤੁਸੀਂ ਦੱਸੋ ਵੀ ਇੱਕ ਸਰਪੰਚ ਪਿੰਡ ਤੋਂ ਉੱਠ ਕੇ ਇਸ ਐਮ ਪੀ ਦੀ ਸੀਟ ਤੱਕ ਪਹੁੰਚ ਸਕਦਾ ਸਰ? ਇਹ ਪਰਮਾਤਮਾ ਦੀ ਕਿਰਪਾ ਹੈ। ਮੇਰੇ ਕੋਲ ਪਿੱਛੋਂ ਬਾਬਾ ਇੱਕ ਸਾਈਕਲ ਹੁੰਦਾ ਸੀ, ਅੱਜ ਕਿੱਡੀ ਵੱਡੀ ਗੱਲ ਸਿੱਖਾਂ ਮੇਰੇ ਮਾਂ ਬਾਪ ਨੇ ਜ਼ਿੰਦਗੀ ਕੀਤੀ, ਮੈਂ ਕਾਲਜ ਬੰਦ ਕਰਦਾ ਮੇਰੇ ਹਾਲੇ ਚਾਰ ਦਿਨ ਆਮ ਆਦਮੀ ਪਾਰਟੀ ਦਾ ਬਲੌਕ
ਸਾਰੀ ਆਮ ਪਾਰਟੀ ਦਾ ਜ਼ੋਰ ਲਗਿਆ ਵਾ ਵੀ 2000 ਗ੍ਰਾਮ ਪਾ ਕੇ ਵੀ ਚੁਣਵਾ ਇਹ ਹਾਲ ਹੋ ਗਿਆ। ਤਹਿਸੀਲਾਂ ਚਲੇ ਜਾਓ ਲੱਖ ਰੁਪਏ ਤੋਂ ਪੈਰ ਕਿਸ਼ਤੀ ਨਹੀਂ ਹੁੰਦੀ ਸਾਡੇ ਘਰ ਬੰਦ ਨਹੀਂ ਹੁੰਦੇ। ਗਰੀਬ ਆਦਮੀ ਦਾ ਨਾ ਇਲਾਜ ਕਰਵਾ ਸਕਦਾ ਨਾ ਸਾਫ ਆਹ ਬਲਬੀਰ ਸਿੰਘ ਜੀ ਦੇ ਕੋਲ ਜਿਹੜੇ ਵੋਟਾਂ ਵਿੱਚ ਚੁਣੇ ਆ ਪੂਰੇ ਜ਼ਿਲ੍ਹੇ ਚ ਇੱਕ ਕੋਈ ਵਧੀਆ ਹਸਪਤਾਲ ਬਣਾਇਆ ਸਾਡੇ ਆਪਣੇ ਮੁਲਾਜ਼ਮਾਂ ਨੂੰ ਅਜੇ ਤੱਕ ਸੈਲਰੀਆਂ ਨਿਕਲੀਆਂ 17 ਤਰੀਕ ਹੋ ਗਈ
ਅਗਲੇ ਮਹੀਨੇ ਅੱਧਿਆਂ ਨੂੰ ਵੀ ਮਿਲੀ, ਉਸ ਤੋਂ ਅਗਲੇ ਮਹੀਨੇ ਹੋ ਸਕਦਾ 3 ਮਹੀਨੇ ਬਾਅਦ ਇੱਥੇ ਫਾਈਨੈਂਸ਼ਲ ਐਮਰਜੈਂਸੀ ਲੱਗ ਕੇ ਅਜੇ ਹਾਲਾਤ ਨੂੰ ਜਾ ਸਕਦੇ। ਬੱਚੇ ਸਾਡੇ ਬਾਰਵੀਆਂ ਸਟੇਟਾਂ ਦੇ ਭੱਜੇ ਜਾ ਰਹੇ ਹਨ, ਸੋ ਜ਼ਰੂਰਤ ਆ, ਮੌਕਾ ਵੀ ਆ, ਲੋਕਾਂ ਨੇ ਸਾਰਾ ਸਵਾਦ ਦੇਖ ਲਿਆ, ਹੁਣ ਮੌਕਾ ਆ ਕਿ ਆਪਣੀ ਪਾਰਟੀ ਨੂੰ ਆਪਾਂ ਤੱਕ ਰੱਖ। ਪਹਿਲਾਂ ਪਹਿਲਾਂ ਅੱਜ ਤੋਂ ਬੇਨਤੀ ਕੀਤੀ ਸੀ ਵੀ ਸੀਨੀਅਰ ਕੋਈ ਹੋਰ ਲੀਡਰ ਬਣਾ ਕੇ ਚੋਣ ਪ੍ਰਧਾਨ ਸਾਹਿਬ ਨੇ ਹੁਕਮ ਕਰਿਆ, ਤੁਹਾਡੇ ਕੋਲ ਆਇਆ ਮਸਲਾ ਐਮ ਪੀ ਬਣਦਾ ਨਹੀਂ, ਮਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਫਿਰ ਪੰਜਾਬ ਤੁਹਾਡੇ ਮੁੰਡਿਆਂ ਤੇ ਬਹੁਤ ਜ਼ਿੰਮੇਵਾਰੀ ਆ। ਮੈਂ ਤਾਂ ਸਿਰਫ 3-4 ਦਿਨ ਹੀ ਆ ਸਕਦਾ, ਅੱਜ ਮੈਂ ਤੁਹਾਨੂੰ ਹਲਕੇ ਨੀ ਦੱਸ ਰਿਹਾ, ਕਿਸੇ ਇੰਟੈਲੀਜੈਂਸ ਤੋਂ ਪੁੱਛ ਲਿਓ, ਕਿਸੇ ਆਈ ਪੀ ਤੋਂ ਪੁੱਛ ਲਿਓ, ਆਪਾਂ ਘੱਟ ਤੋਂ ਘੱਟ 1,00,000 ਵੋਟ ਤੋਂ ਉੱਪਰ ਜਿੱਤ ਰਹੇ ਨੰਬਰ 1 ਤੇ ਆਪਾਂ। ਜਿਹੜਾ ਬੰਦਾ ਅਪਰੋਚ ਕਰ ਲਊਗਾ ਲੋਕ ਤੁਹਾਡੇ ਨਾਲ ਜੁੜਨ ਨੂੰ ਤਿਆਰ ਆ, ਸਿਰਫ ਆਪਾਂ ਨੂੰ ਜਾ ਕੇ ਬਾਹਰ ਕਰਨ ਦੀ ਲੋੜ ਹੈ, ਲੋਕਾਂ ਨੂੰ ਦੱਸਣ ਦੀ ਲੋੜ ਆ ਵੀ ਭਾਈ ਕਿਰਪਾ ਕਰੋ ਦੁਬਾਰਾ ਫਿਰ ਪੰਜਾਬੀਆਂ ਦੀ ਪਾਰਟੀ। ਔਰ ਫਿਰ ਤੁਹਾਨੂੰ ਭੁਲੇਖੇ ਬੰਦੇ ਦਾ ਤੁਹਾਡੇ ਨਾਲ ਰਵਾਲਾ ਕਰਦਾ ਹੈ, ਤੁਹਾਡੀ ਹਰ ਲੜਾਈ ਤੁਹਾਡਾ ਐਡਵੋਕੇਟ ਬਣ ਕੇ ਡਟ ਕੇ ਰਹੇ, ਕੁਛ ਵੀ ਕਰਨਾ ਪਏ, ਆਹ ਜਿਹੜੇ ਘੱਗਰ ਦੀ ਗੱਲ ਆ, ਆਹ ਸਰਹੰਦ ਰੋਡ ਦੀ ਗੱਲ ਆ, ਮਸਲੇ ਆ ਤੁਸੀਂ ਦੇਖੋਗੇ, ਆਹ ਜਿਹੜੀਆਂ ਸੜਕਾਂ ਬਣਦੀਆਂ ਨਾ ਦੋਨੇ ਪਾਸੇ ਸਲਿਪਰੋੜਾ ਬਣਦੀ ਦੇਖਿਆ ਤਾਂ ਬਣਦੀ ਹੈ, ਕਿਸੇ ਨੂੰ ਪਤਾ ਹੀ ਕੰਮ ਕਿਸ ਤਰ੍ਹਾਂ ਕਰਵਾਉਣਾ ਮੈਨੂੰ ਪਤਾ ਹੈ। ਕਈ ਲੋਕ ਸੁਣ ਲੈਂਦੇ ਪਿੰਡ ਤੇ ਆਇਆ, ਜਦ ਮੈਂ BSc ਨੋਨ ਮੈਡੀਕਲ ਕਰੀ, MSc ਮੈਥਮੈਟਿਕਸ ਆ, ਮੈਂ ਪਾਇਲਟ ਦਾ ਕੋਰਸ ਵੀ ਕਰਿਆ, ਫਲਾਈ ਵੀ ਕਰੀ, ਪਰਮਾਤਮਾ ਦੇ ਬਖਸ਼ਿਸ਼ ਕਰੀ, ਤੁਹਾਡੇ ਸਾਹਮਣੇ ਜਿਹੜੀ ਤੁਹਾਨੂੰ ਬਣਾਉਂਦਾ ਨਹੀਂ ਆਪਾਂ ਕਦੀ, ਤੁਸੀਂ ਮਾਣ ਮਹਿਸੂਸ ਕਰੋਗੇ ਕਿ ਇਸ ਹਲਕੇ ਤੋਂ ਕੋਈ ਐਮ ਪੀ ਸੁਣ ਕੇ ਉਹਦਾ ਬੱਚਾ ਆ ਕੇ ਕੰਮ ਕਰੂਗਾ, ਲੀਡਰ ਬਣ ਕੇ ਕਦੀ ਤੁਹਾਡੇ ਕੋਲ ਹੁਣ ਤੁਸੀਂ
ਆਗਰਾ ਵੀ ਲਾਇਆ ਜੂਨ ਦਾ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਕੇ ਕਰਵਾਇਆ, 83 ਕਤਲਿਆਂ ਕਰਵਾਇਆ। ਸਭ ਤੋਂ ਵੱਡਾ ਜਿਹੜਾ ਪੰਜਾਬ ਨਾਲ ਦੁਸ਼ਮਣੀ ਕਰ ਸਕਦੇ ਸੀ, ਜਿਹੜੀ ਸਾਡੀ ਹਿੰਦੂ ਸਿੱਖ ਭਾਈਚਾਰਾ ਸੀ, ਖਤਮ ਕਰਨ ਦੀ ਕੋਸ਼ਿਸ਼ ਕਰੀ। ਉਸ ਟਾਈਮ ਲੋਕ ਬਹਾਵ ਜਾ ਕੇ ਬੜਾ ਕੁਛ ਕਰ ਗਏ, ਅਰੈਸਟ ਵੀ ਹੋ ਗਏ, 30 ਸਾਲ ਕਰਕੇ ਸਜ਼ਾ ਕੀਤੀ। ਦੱਸੋ ਪੰਜੀ ਸਿੱਖਾਂ ਨੂੰ ਕਿਆ ਖਤਰਾ ਹਿੰਦੁਸਤਾਨ ਨੂੰ, ਐਡੀ ਵੱਡੀ ਫੌਜ ਆ 5 ਸਾਲ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ, ਜੋ ਉਹਨਾਂ ਕੇ ਚਲੇ ਗਏ, ਉਹਨਾਂ ਨੂੰ ਬਾਹਰ ਲੈਣ ਦੀ ਜ਼ਰੂਰਤ ਨਹੀਂ। ਗੁਰਦੁਆਰਿਆਂ ਦੇ ਬਾਹਰ ਦੇ ਸਿੱਖਾਂ ਨੇ ਸਿੱਧੇ ਕਰਦੇ ਸਾਡੇ ਲਾਗੇ ਜੋ ਕਰਦੇ ਸਟੇਟਾਂ ਨੂੰ ਪ੍ਰਿੰਸੀਪਲ ਨਹੀਂ ਬਣਾਇਆ ਗਿਆ ਹੈ, ਫੈਡਰਲ ਸਿਸਟਮ ਦੀ ਲੜਾਈ ਸਟੇਟ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਕੱਤੀਆਂ ਦਿੱਲੀ ਦੀਆਂ ਪਾਰਟੀਆਂ। ਸੋ ਮੈਂ ਤੁਹਾਨੂੰ ਸਿਰਫ ਇਹ ਬੇਨਤੀ ਕਰਦਾ ਹਾਂ ਵੀ ਤੁਸੀਂ ਲੋਕਾਂ ਨੂੰ ਦੱਸੋ, ਸਾਰੀ ਜ਼ਿੰਦਗੀ ਵੋਟਾਂ ਪਾਉਂਦਿਆਂ ਹੋ ਕੇ, ਵੋਟਾਂ ਤੋਂ ਬਾਅਦ ਤੁਸੀਂ ਐਮਪੀ ਤੁਹਾਡਾ ਧੰਨਵਾਦ ਕਰਨ ਹੋ ਗਿਆ। ਇੱਕ ਮੌਕਾ ਤੁਹਾਡੇ ਆਪਣੇ ਬੱਚੇ ਨੂੰ ਵੀ ਦੇ ਦਿਓ। ਮੈਂ ਪਿੰਡਾਂ ਚ ਪੈਦਾ ਹੋਇਆ, ਪਿੰਡਾਂ ਦੀਆਂ ਪ੍ਰੋਬਲਮਾਂ ਬਤਾਇਆ, ਮੈਂ ਤਾਂ ਆਪ ਤੁਸੀਂ ਦੇਖੋ ਬਲਦਾਂ ਨਾਲ ਵੀ ਦੇਖੀ, ਟਰੈਕਟਰ ਨਾਲ ਵੀ ਦੇਖੀ, ਆਪ ਸਾਰਾ ਕੁਛ ਕਰਦੇ ਚੌਕਾਂ ਨਾਲ ਐਲਆਈਸੀ ਦਾ ਕੰਮ ਨਹੀਂ ਕਰਿਆ। ਫਿਰ ਬਾਨਵੇਂ ਤੋਂ 400 ਕੈਟ ਸਰਕਾਰੀ ਨਾ ਬਣੀ ਜੀ, ਆ ਬੈਠੇ ਸਾਰੇ ਪਿੰਡੀ ਸਾਹਿਬ, ਗੁਰਜੀਤ ਸਾਹਿਬ ਸਾਰੇ ਪਿੰਡੀ ਆ, ਤੁਸੀਂ ਮੈਨੂੰ ਕੰਮ ਕਰਦੇ ਦੇਖਿਆ, ਕੈਟ ਸਾਹਿਬ ਦੇ ਪਿੰਡ ਦੇ ਸਾਹਮਣੇ ਲੈ ਕੇ ਪਿੱਛੇ ਖੜੇ ਸੁਖਬੀਰ ਬਾਦਲ ਤੋਂ ਵੱਡਾ ਵਿਜਨਰੀ ਲੀਡਰ ਪੂਰੇ ਹਿੰਦੁਸਤਾਨ ਚ ਨਹੀਂ ਕੋਈ ਹੋ ਸਕਦਾ। ਜੇ ਸਾਕਾ ਮੋਹਾਲੀ ਦੇ ਜ਼ਿਲ੍ਹੇ ਵਿੱਚ ਕਿਸ ਤਰ੍ਹਾਂ ਦਾ ਹੈ, ਪੰਜਾਬ ਦੀਆਂ ਸਾਰੀਆਂ ਸੜਕਾਂ ਦੇਖ ਲਓ, ਅਰਬਨ ਪਲਾਨ ਦੇਖ ਲਓ, ਏਅਰਪੋਰਟ ਦੇਖ ਲਓ, ਉਹਦੀ ਸੋਚ ਸੀ। ਰਾਤ ਨੂੰ 2-2 ਵਜੇ ਤੱਕ ਸਾਡੀ ਸਰਕਾਰ ਚੱਲਦੀ ਸੀ, ਜਦੋਂ ਸਰਕਾਰ ਸੀ ਬਾਦਲ ਸਾਹਿਬ ਦਾ 8 ਵਜੇ ਸਵੇਰੇ ਸ਼ੁਰੂ ਕਰ ਦਿੰਦੇ, ਸੁਖਬੀਰ ਜੀ 10 ਵਜੇ ਤੋਂ ਲੈ ਕੇ ਰਾਤ ਨੂੰ। ਮੋਹਾਲੀ ਚ 1600 ਏਕੜ ਆਈਟੀਸੀਟੀ ਬਣੀ, 1700 ਏਕੜ ਦੀ ਐਜੂਕੇਸ਼ਨ ਸਿਟੀ ਬਣੀ, 2500 ਏਕੜ ਦੀ ਪੈਡੀ ਸਿਟੀ ਬਣੀ। ਮੇਰੇ ਕੋਲ ਪ੍ਰਦੂਸ਼ਣ ਮਹਿਕਮਾ ਤੁਹਾਨੂੰ ਰਜਿਸਟਰ ਕਰਦਾ ਹੈ, ਇਨਫੋਸਿਸ ਕੰਪਨੀ ਹੈ, 50,000 ਰੁਪਏ ਦਾ ਰੁਜ਼ਗਾਰ ਹੈ। ਫਿਰ ਐਰੋਮੈਟਿਕ ਹੈ, ਆਈਟੀਸੀ ਹੈ, ਟਾਟਾ ਕੈਂਸਰ ਹਸਪਤਾਲ ਹੈ, ਸਨ ਫਾਰਮਾ ਹੈ, ਕਿੰਨੀਆਂ ਕੰਪਨੀਆਂ ਪੰਜਾਬ ਦੇ ਵਿੱਚ ਹੈ। ਇੱਥੇ ਅੱਜ ਹਾਲਾ ਜ਼ਮੀਨ ਪਾਇਆ, ਪਰ ਇਹ ਪੰਜਾਬ ਫਿਰ ਦੱਸੀ ਆਮ ਗੈਂਗ ਕਤਲਾਮ ਹੋ ਗਿਆ, ਵਪਾਰੀਆਂ ਨੂੰ ਧਮਕੀਆਂ ਦੇ ਜਾ ਰਹੀਆਂ, ਪੈਸੇ ਦਿਓ ਨਹੀਂ ਤਾਂ ਕਤਲ ਕਰਦਾਂਗੇ। ਪੰਜਾਬੀ ਬਿਹਾਰ ਵਿੱਚ ਜਾ ਕੇ ਧਮਕੀਆਂ ਲਾ ਰਹੇ। ਸੋ ਜੇ ਇਹਨਾਂ ਮਾੜੇ ਬੰਦਿਆਂ ਨੂੰ ਦੁਬਾਰਾ ਮੌਕਾ ਮਿਲ ਗਿਆ ਨਾ, ਜੀ ਬਰਬਾਦ ਹੋ ਜਾਣਾ ਪੰਜਾਬ, ਆਪਣੇ ਬੱਚਿਆਂ ਦਾ ਕੀ ਰਹਿਣਾ, ਜਿੰਨੇ ਮਰਜ਼ੀ ਮਰਜ਼ੀ ਜਾ ਕੇ ਬਣਿਆ ਨਾ, ਕੀ ਤਾਂ ਪੰਜਾਬ ਨਹੀਂ ਆਪਾਂ।
ਲੜਾਈ ਪੰਜਾਬ ਦੀ ਸਮਝ ਲਿਓ ਅੱਜ ਤੋਂ ਸ਼ੁਰੂ ਕਰ ਆਪਣੀ ਆਪ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਤੈਨੂੰ ਸੇਵਾ ਦਾ ਮੌਕਾ ਦਿਓ। ਫਿਰ ਤੁਹਾਨੂੰ ਕਹਿ ਤੁਹਾਨੂੰ ਕੋਈ ਅਲਾਪਾ ਨਹੀਂ, ਤੁਹਾਡੀ ਆਤਮਾ ਨੂੰ ਕਦੇ ਦੁੱਖ ਨਹੀਂ ਹੋਊਗਾ ਵੀ ਅਲਾਪਾ ਕਰ ਸਕਦਾ। ਮੈਂ ਤਾਂ ਇੱਦਾਂ ਹੀ ਤੁਹਾਨੂੰ ਬੇਨਤੀ ਕਰਨ ਆਇਆ, ਅੱਜ ਹਾਲਾਤ ਪੰਜਾਬ ਦੇ ਦੇਖੋ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਪੰਜਾਬ, ਜਿਸ ਤਰ੍ਹਾਂ ਸਿੰਘ ਕਾਮਪੀੜੀ ਵਰਗੇ, ਹਰੀ ਸਿੰਘ ਨਲੂਏ ਵਰਗੇ ਮਹਾਨ ਯੋਧੇ ਇਸ ਧਰਤੀ ਨੇ ਪੈਦਾ ਕਰੇ, ਜਿਨ੍ਹਾਂ ਨੇ ਗਾਂ ਬੰਦੇ ਮਿਲਿਆ ਅੱਜ ਤੱਕ ਰਸੀਆ ਨੂੰ ਅਮਰੀਕਾ ਨਹੀਂ ਕਰ ਸਕੇ। ਪਰ ਅੱਜ ਹਾਲਾਤ ਸਾਡਾ ਮੁੱਖ ਮੰਤਰੀ 9 ਵਜੇ ਸ਼ਰਾਬ ਪੀ ਕੇ ਵਿਧਾਨ ਸਭਾ ਚ ਜਾ ਕੇ ਜਾ ਕੇ ਤੇ ਜਨ ਆ ਦੇਖਦੇ ਦੋ ਬਾਅਦ ਮੁੱਖ ਮੰਤਰੀ ਦਾ ਕੈਕਟਰ ਜਾਂ ਪਾਲ ਸਾਹਿਬ ਵਿਧਾਨ ਸਭਾ ਚ ਬੋਲਦੇ ਨੇ ਇਹਨਾਂ ਦੀ, ਅਸੀਂ ਵੇਟ ਕਰਦੇ ਨੇ ਵੀ ਅਗਲਾ ਸ਼ਬਦ ਕਿਹੜਾ ਨਹੀਂ ਹੋਊਗਾ। ਇਹ ਜਦੋਂ ਪੰਜਾਬ ਦਾ ਮਾਹੌਲ ਹੀ ਬਣ ਗਿਆ ਸਾਰੇ ਹਿੰਦੁਸਤਾਨ। ਸੋ ਇਹ ਸਭਾ ਬਹੁਤ ਲੈ ਲਿਆ, ਮੈਂ ਤੁਹਾਡਾ ਧੰਨਵਾਦ ਕਹਿੰਦਾ, ਕਿਰਪਾ ਕਰਿਓ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਇੱਕ ਮੈਂ ਇੱਥੇ